ਮੰਤਰੀ ਪੀਏ ਚਰਨਜੀਤ ਬਾਦਸ਼ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਿਵਾਸ 'ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਇੰਪਰੂਵਮੈਂਟ ਚੇਅਰਮੈਨ ਨਾਭਾ ਅਮਰਦੀਪ ਖੰਨਾ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹਲਕੇ ਦੇ ਸਮੂਹ ਕਾਂਗਰਸੀ ਨੇਤਾ ਅਤੇ ਵਰਕਰ ਸ਼ਾਮਲ ਹੋਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਅਮਰਦੀਪ ਖੰਨਾ ਨੇ ਕਿਹਾ ਕਿ ਉਹ ਸੀ ਐੱਮ ਪੰਜਾਬ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਾਂਗਰਸੀ ਨੇਤਾਵਾਂ ਦੇ ਧੰਨਵਾਦੀ ਨੇ, ਜਿਨ੍ਹਾਂ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਅਤੇ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਜਿਸ ਨੂੰ ਉਹ ਇਮਾਨਦਾਰੀ ਦੇ ਨਾਲ ਨਿਭਾਉਣਗੇ। ਸਾਧੂ ਸਿੰਘ ਪੰਜਾਬ ਦੀ ਸ਼ਾਨ ਕੈਬਨਿਟ ਮੰਤਰੀ ਦੀ ਕੋਠੀ 'ਚ ਚਰਨਜੀਤ ਬਾਦਸ਼ ਜੀ ਨੇ ਸੱਦੇ 'ਤੇ ਸਾਡੇ ਸਾਰੇ ਕਾਂਗਰਸੀ ਵਰਕਰਾਂ ਨੇ ਮੇਰਾ ਭਰਮਾ ਸਵਾਗਤ ਕੀਤਾ। ਮੈਨੂੰ ਸਰਦਾਰ ਸਾਧੂ ਸਿੰਘ ਦੀ ਮਿਹਰਬਾਨੀ ਨਾਲ ਮੈਂ ਅੱਜ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਦੀ ਮੈਨੂੰ ਚਿੱਠੀ ਮਿਲੀ ਹੈ ਔਰ ਮੈਂ ਵਿਸ਼ਵਾਸ ਦਵਾਉਂਦਾ ਜਿਸ 'ਤੇ ਮੇਰੇ 'ਤੇ ਵਿਸ਼ਵਾਸ ਕਰਕੇ ਇਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ। ਮੈਂ ਉਹਨਾਂ ਦੀਆਂ ਲੋੜ ਤੋਂ ਵੱਧ ਆਸਾਂ ਪੂਰੀਆਂ ਕਰਾਂਗਾ ਔਰ ਜਿੰਨੇ ਵੀ ਨਾਭੇ 'ਚ ਇੰਪਰੂਵਮੈਂਟ ਟਰੱਸਟ ਦੇ ਵਿਕਾਸ ਦੇ ਕੰਮ ਪਏ ਨੇ ਉਹਨਾਂ ਨੂੰ ਜਲਦੀ ਨੇਪੜੇ ਕਰੂੰਗਾ। ਮੈਂ ਧੰਨਵਾਦ ਕਰਦਾ ਮਹਾਰਾਣੀ ਜੀ ਦਾ, ਕੈਪਟਨ ਸਾਹਿਬ ਦਾ, ਜਿਨ੍ਹਾਂ ਨੇ ਸਰਦਾਰ ਸਾਧੂ ਸਿੰਘ ਜੀ ਦੇ ਕਹੇ 'ਤੇ ਮੈਨੂੰ ਮਾਣ ਬਖਸ਼ਿਆ। ਮੈਂ ਧੰਨਵਾਦ ਕਰਦਾ ਰਜਨੀਸ਼ ਮਿੱਤਲ ਸੈਂਟੀ ਦਾ, ਜਿਹਨੇ ਕਿ ਮੇਰੀ ਸਿਫਾਰਿਸ਼ ਕੀਤੀ ਵੀ ਅਮਰਦੀਪ ਖੰਨਾ ਨੂੰ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਲਾਓ। ਧੰਨਵਾਦ। ਇੱਕ ਵਰਕਰ ਮੈਂ ਕਹਿ ਸਕਦਾ ਕਿ ਅਮਰਦੀਪ ਖੰਨਾ ਜੀ ਜਿਹੜੇ ਲਗਾਤਾਰ 5 ਵਾਰ MC ਨੇ, ਉਹਨਾਂ ਨੂੰ ਮਨ ਦਾ ਮਾਣ ਸਤਿਕਾਰ ਇੱਕ ਕਾਂਗਰਸੀ ਟਕਸਾਲੀ ਵਰਕਰ ਨੂੰ ਮੰਤਰੀ ਸਾਹਿਬ ਨੇ ਜਿਹੜਾ ਦਿੱਤਾ, ਉਹਦੀ ਅਸੀਂ ਅੱਜ ਖੁਸ਼ੀ ਦੇ ਵਿੱਚ ਸਤਿਕਾਰਯੋਗ ਸਾਧੂ ਸਿੰਘ ਧਰਮਸੋਤ ਜੀ ਦੀ, ਸਾਡੇ ਸਾਰੇ ਬਲਾਕ ਸੰਮਤੀਆਂ ਜ਼ਿਲ੍ਹਾ ਪਰਿਸ਼ਦ ਦੇ ਨੁਮਾਇੰਦੇ ਔਰ ਸਾਡੇ ਧਾਰਮਿਕ ਸੰਸਥਾਵਾਂ ਦੇ ਵਪਾਰ ਮੰਡਲ ਦੇ ਸਾਡੇ ਔਰ MC ਸਾਹਿਬਾਨ ਸਾਰਿਆਂ ਨੇ ਅੱਜ ਖੰਨਾ ਜੀ ਦਾ ਭਰਮਾ ਜਿਹੜਾ ਸਵਾਗਤ ਕੀਤਾ ਔਰ ਸ਼ਹਿਰ ਦੇ ਵਿੱਚ ਵੀ ਇਹਨਾਂ ਦਾ ਵੱਖ ਵੱਖ ਮੰਦਰ ਕਮੇਟੀਆਂ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਵੀ ਇਹਨਾਂ ਦਾ ਬੜਾ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ। ਅਸੀਂ ਖੁਸ਼ੀ ਦਾ ਦੇਣਾ ਕਿ ਸੀਨੀਅਰ ਕਾਂਗਰਸ ਵਰਕਰ ਖੰਨਾ ਜੀ ਨੂੰ ਸਾਧੂ ਸਿੰਘ ਜੀ ਧਰਮਸੋਤ ਦੀ ਅਗਵਾਈ ਹੇਠ ਉਹਨਾਂ ਦੇ ਲਿਖਤੀ ਹੇਠ ਇਹਨਾਂ ਨੂੰ ਅੱਜ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਔਰ ਲੈਟਰ ਦਿੱਤਾ ਗਿਆ। ਬਹੁਤ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਸਾਧੂ ਸਿੰਘ ਧਰਮਸੋਤ ਜੀ ਦਾ ਬਹੁਤ ਧੰਨਵਾਦ ਕਰਦਾ ਦਿੰਦਾ ਅਤੇ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇਮਾਨਦਾਰ ਅਣਥੱਕ ਮਿਹਨਤੀ ਨੌਜਵਾਨ ਆਦਮੀ ਜਿਹੜਾ ਖੰਨਾ ਜੀ ਨੂੰ ਚੇਅਰਮੈਨ ਬਣਾਇਆ, ਇਹਦੇ ਲਈ ਅਸੀਂ ਬਹੁਤ ਬਹੁਤ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ। ਧੰਨਵਾਦ ਦਿੰਦਾ ਖੰਨਾ ਜੀ ਨੂੰ ਜਿਹੜੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਣੇ ਨੇ, ਮੰਤਰੀ ਸਾਹਿਬ ਨੂੰ ਜਿਨ੍ਹਾਂ ਨੇ ਮਤਲਬ ਬਹੁਤ ਸੂਝ ਬੂਝ ਨਾਲ ਖੰਨਾ ਸਾਹਿਬ ਨੂੰ ਮਤਲਬ ਚੇਅਰਮੈਨ ਨਿਯੁਕਤ ਕੀਤਾ, ਕਿਉਂ ਕਾਂਗਰਸੀ ਕੱਟੜ ਕਾਂਗਰਸੀ ਨੇ ਟਕਸਾਲੀ ਸ਼ੁਰੂ ਤੋਂ ਮਤਲਬ 35 ਸਾਲ ਹੋ ਗਏ ਇਹਨਾਂ ਨੂੰ ਕਾਂਗਰਸ ਦੇ ਵਿੱਚ ਮਿਹਨਤ ਕਰਦਿਆਂ ਨੂੰ ਇਹਨਾਂ ਨੂੰ ਮਿਹਨਤ ਦਾ ਫਲ ਮਿਲਿਆ, ਮੈਨੂੰ ਬਹੁਤ ਬੜੀ ਖੁਸ਼ੀ ਹੈ। ਸਾਧੂ ਸਿੰਘ ਧਰਮਸੋਤ ਜੀ ਨੂੰ ਅਤੇ ਮਹਾਰਾਣੀ ਪ੍ਰੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆਪਣੇ ਵੱਲੋਂ ਔਰ ਸਾਰੇ ਕਾਂਗਰਸੀ ਵਰਕਰਾਂ ਵੱਲੋਂ, ਜਿਨ੍ਹਾਂ ਨੇ ਕਿ ਅੱਜ ਸਾਡੇ ਨਾਭੇ ਦੇ ਨੌਜਵਾਨ ਅਮਰਜੀਤ ਖੰਨਾ ਜੀ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਾ ਕੇ ਸਾਡੇ ਨਾਭੇ ਦੀ ਇੱਜ਼ਤ ਵਧਾਈ ਹੈ। ਇਸ ਲਈ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁਬਾਰਕਬਾਦ ਦਿੰਦਾ। ਧੰਨਵਾਦ। ਪਿਆਰੇ ਹਰਮ ਖੰਨਾ ਜੀ, ਅਮਰਦੀਪ ਸਿੰਘ ਜੀ ਖੰਨਾ ਜੀ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਚੁਣਿਆ ਗਿਆ ਜੀ। ਮੈਂ ਆਪਣੇ ਕੈਬਨਿਟ ਮੰਤਰੀ ਧਰਮ ਸਿੰਘ ਸਾਧੂ ਸਿੰਘ ਦਾ ਜੀ ਧੰਨਵਾਦ ਕਰਦਾ ਜੀ, ਔਰ ਕੈਪਟਨ ਸਾਹਿਬ ਦਾ ਜੀ। ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।